ਹੋਲੇ ਮਹੱਲੇ ਦਾ ਤਿਉਹਾਰ ਜੋ ਕਿ ਹਰ ਸਾਲ ਦੀ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਸੰਤ ਬਾਬਾ ਜਗਰੂਪ ਸਿੰਘ ਜੀ ਭੋਰਾ ਸਾਹਿਬ ਵਾਲਿਆਂ ਜੀ ਵੱਲੋਂ ਬੇਗਮਪੁਰਾ ਵਿਖੇ ਗੁਰੂ ਕਾ ਲੰਗਰ ਬੜੀ ਹੀ ਸ਼ਰਧਾ ਨਾਲ ਲਗਾਇਆ ਜਾਂਦਾ ਹੈ। ਸਾਡੀ ਪੰਜਾਬ ਪਲੱਸ ਦੀ ਟੀਮ ਨੇ ਲੰਗਰ ਦਾ ਦੌਰਾ ਕੀਤਾ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। ਮਾਧੋ ਹਮ ਐਸੇ ਤੂੰ ਵੈਸਾ, ਮਾਧੋ ਹਮ ਐਸੇ, ਮਾਧੋ ਹਮ ਐਸੇ, ਮਾਧੋ ਹਮ ਐਸੇ ਤੂੰ ਵੈਸਾ, ਮਾਧੋ ਹਮ ਐਸੇ, ਮਾਧੋ ਹਮ ਐਸੇ, ਹਮ ਪਾਪੀ ਤੁਮ ਪਾਪ ਖੰਡਨ, ਨੀ ਕੋ ਠਾਕੁਰ ਦੇਸਾ, ਹਮ ਪਾਪੀ ਤੁਮ ਪਾਪ ਖੰਡਨ, ਨੀ ਕੋ ਠਾਕੁਰ ਦੇਸਾ, ਦੇਸਾ, ਮਾਧੋ ਹਮ ਐਸੇ ਤੂੰ ਵੈਸਾ, ਮਾਧੋ ਹਮ ਐਸੇ, ਮਾਧੋ ਹਮ ਐਸੇ, ਮਾਧੋ ਹਮ ਐਸੇ ਤੂੰ ਐਸਾ, ਮਾਧੋ ਹਮ ਐਸੇ। ਹੋਲੇ ਮਹੱਲੇ ਦਾ ਪਵਿੱਤਰ ਤਿਉਹਾਰ ਜਿਹੜਾ ਕਿ ਅਨੰਦਪੁਰ ਸਾਹਿਬ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਔਰ ਉਹਦੇ ਵਿੱਚ ਸੰਤ ਬਾਬਾ ਜਗਰੂਪ ਸਿੰਘ ਜੀ ਭੋਰਾ ਸਾਹਿਬ ਵਾਲੇ ਜਿਹੜੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਦੇਖਿਆ ਕਿ ਮੇਨ ਰੋਡ ਦੇ ਉੱਪਰ ਬਹੁਤ ਹੀ ਵਧੀਆ ਜਿਹੜੇ ਲੰਗਰ ਲੱਗੇ ਹੋਏ ਨੇ, ਜਲੇਬੀਆਂ ਦੇ ਲੰਗਰ, ਮਟਰ ਪਨੀਰ, ਕੜੀਆਂ, ਚਾਵਲ ਅਤੇ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ, ਪੂਰੀਆਂ, ਛੋਲਿਆਂ ਦੇ ਲੰਗਰ ਸਾਰੇ ਦਿਨ ਜਿਹੜੇ ਹੈਗੇ ਆ ਇਹ ਅਟੁੱਟ ਵਰਤਦੇ ਆ, ਕਿਉਂਕਿ ਬਾਬਾ ਜੀ ਦਾ ਮਨ ਹੀ ਇਹ ਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਉਹਨਾਂ ਨੂੰ ਲੰਗਰ ਦੀ ਸੇਵਾ ਹੋਵੇ, ਉਹਨਾਂ ਨੂੰ ਨਾਮ ਬਾਣੀ ਦੀ ਸੇਵਾ ਹੋਵੇ ਔਰ ਇਹਦੇ ਤਹਿਤ ਹੀ ਅੱਜ ਆਪਾਂ ਦੇਖ ਰਹੇ ਹਾਂ ਕਿ ਲੱਖਾਂ ਦੀ ਗਿਣਤੀ 'ਚ ਸੰਗਤਾਂ ਜਿਹੜੀਆਂ ਹੈਗੀਆਂ ਉਹ ਨਤਮਸਤਕ ਹੋ ਰਹੀਆਂ ਨੇ। ਕੀ ਕਹਿਣਾ ਚਾਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਤੇਰੇ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਸੋ ਇਹ ਜੋ ਸੇਵਾਵਾਂ ਗੁਰੂ ਘਰ ਦੇ ਵਿੱਚ ਚਲਾਈਆਂ ਜਾਂਦੀਆਂ ਨੇ, ਸੇਵਾ ਸਿਮਰਨ ਕਰਵਾਇਆ ਜਾਂਦਾ, ਇਹ ਮਹਾਂਪੁਰਖਾਂ ਦੇ ਵਿਰਸੇ ਵਿੱਚ ਆਉਂਦਾ ਹੈ। ਜਿਵੇਂ ਕਿ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਉਹਨਾਂ ਦੇ ਪ੍ਰਥਮ ਪਰਮ ਹਜ਼ੂਰੀ ਸੇਵਕ ਧੰਨ ਧੰਨ ਬਾਬਾ ਹਜ਼ੂਰਾ ਸਿੰਘ ਜੀ ਅਤੇ ਉਹਨਾਂ ਤੋਂ ਵਰੋਸਾਏ ਮਹਾਂਪੁਰਖ ਧੰਨ ਧੰਨ ਬਾਬਾ ਜਗਰੂਪ ਸਿੰਘ ਜੀ ਠਾਠ ਬੇਗਮਪੁਰਾ ਭੋਰਾ ਸਾਹਿਬ ਵਾਲੇ, ਅਤੇ ਇਹ ਜੋ ਗੁਰੂ ਕਾ ਸਥਾਨ ਹੈ, ਗੁਰੂ ਕਾ ਲੰਗਰ ਚੱਲ ਰਿਹਾ ਹੈ, ਹਮ ਚਾਕਰ ਗੋਬਿੰਦ ਕੇ ਇਹ ਸਥਾਨ ਹੈ, ਇੱਥੇ ਲੰਗਰ ਹੀ ਮਹਾਂਪੁਰਖਾਂ ਵੱਲੋਂ ਚਲਾਇਆ ਗਿਆ, 24 ਘੰਟੇ ਹੀ ਲੰਗਰ ਵਰਤਦਾ ਹੈ ਅਤੇ ਵਿਸ਼ੇਸ਼ ਤੌਰ 'ਤੇ ਜਿਵੇਂ ਗੁਰਪੁਰਬ ਆਉਂਦੇ ਹਨ, ਮਹਾਂਪੁਰਖਾਂ ਦੀਆਂ ਬਰਸੀਆਂ ਆਉਂਦੀਆਂ ਨੇ ਅਤੇ ਜਿਵੇਂ ਆਹ ਹੁਣ ਹੋਲੇ ਮਹੱਲੇ ਦਾ ਸਮਾਗਮ ਚੱਲ ਰਿਹਾ ਹੈ, ਸੋ ਇਸ ਦੇ ਵਿੱਚ ਹਮ ਚਾਕਰ ਗੋਬਿੰਦ ਕੇ ਜੋ ਇਹ ਗੁਰੂ ਕਾ ਲੰਗਰ ਹੈ, ਮਹਾਂਪੁਰਖ ਧੰਨ ਧੰਨ ਬਾਬਾ ਜਗਰੂਪ ਸਿੰਘ ਜੀ ਉਹਨਾਂ ਵੱਲੋਂ ਅਤੇ ਉਹਨਾਂ ਦੇ ਨਾਲ ਮਿਲ ਕਰਕੇ ਸਮੂਹ ਸੰਗਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਕਰ ਰਹੀਆਂ ਹਨ। ਸੋ ਬੜਾ ਉਤਸ਼ਾਹ ਹੈ, ਪ੍ਰੇਮ ਹੈ, ਚਾਅ ਹੈ ਸੰਗਤ ਦੇ ਅੰਦਰ ਗੁਰੂ ਕੇ ਲੰਗਰ ਦੇ ਲਈ। ਅਨੇਕ ਪ੍ਰਕਾਰ ਦੇ ਭੋਜਨ ਬਣਾਏ ਜਾਂਦੇ ਹਨ, ਬਹੁਤ ਹੀ ਸੁੱਚ ਸੋਧ ਦੇ ਨਾਲ ਇਹ ਲੰਗਰ ਚੱਲਦੇ ਹਨ। ਜਿਵੇਂ ਕਿ ਆ ਸਾਡੇ ਨਾਲ ਭਾਈ ਗੁਰਮੀਤ ਸਿੰਘ ਜੀ ਸੇਵਾਦਾਰ ਖੜ੍ਹੇ ਨੇ ਅਤੇ ਇਹ ਇੱਥੇ ਸੇਵਾ ਨਿਭਾ ਰਹੇ ਹਨ ਮਹਾਂਪੁਰਖਾਂ ਵੱਲੋਂ, ਅਤੇ ਬਹੁਤ ਹੀ ਉਤਸ਼ਾਹ ਦੇ ਨਾਲ, ਪ੍ਰੇਮ ਦੇ ਨਾਲ ਇੱਥੇ ਸੇਵਾ ਕੀਤੀ ਜਾਂਦੀ ਹੈ। ਕੋਈ ਵੀ ਜਾਂਦਾ ਆਉਂਦਾ ਰਾਹੀ ਬੰਦੀ ਵੀ ਭੁੱਖਾ ਪਿਆਸਾ ਇੱਥੇ ਜਦੋਂ ਮਰਜ਼ੀ ਠਹਿਰ ਕੇ ਪ੍ਰਸ਼ਾਦਾ ਪਾਣੀ ਛਕ ਸਕਦਾ ਹੈ। ਸੋ ਬੜੇ ਹੀ ਪ੍ਰੇਮ ਦੇ ਨਾਲ ਸੰਗਤਾਂ ਸੇਵਾ ਨਿਭਾ ਰਹੀਆਂ ਨੇ, ਗੁਰੂ ਦੀ ਅਪਾਰ ਕਿਰਪਾ ਮਿਹਰ ਹੈ। ਸੋ ਇਹ ਹੈ ਇਸ ਸਥਾਨ 'ਤੇ ਮਹਾਂਪੁਰਖਾਂ ਦੀ ਮਿਹਰ ਕਿਰਪਾ, ਵਾਹਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਸੋ ਸਾਧ ਸੰਗਤ, ਅਸੀਂ ਸਾਰਿਆਂ ਨੂੰ ਹੀ ਇਹ ਆਖਦੇ ਹਾਂ ਕਿ ਭਾਈ ਸਮੁੱਚੀ ਸੰਗਤ ਦੇ ਲਈ, ਸਮਾਜ ਦੇ ਲਈ,
इस तरह का परोपकार करना भुखे नूं राही बांधी जांदे नूं प्यासे नूं जल पानी छकाउणा ये गुरमत मर्यादा आखदी है। ये गुरुआं दा उपदेश है। गुरु नानक सच्चे पातशाह ने आख्या किरत करो वंड सको सिमरो नाम हमेश सतगुरु नानक दा एहो है उपदेश। सो इस ते चलदे होए आपां सारे अपने जीवन दे विच सेवा सिमरन करके अपने जीवन नूं सफला बनाईए तां उस अकाल पुरख वाहिगुरु दी साडे उत्ते किरपा मेहर बन आउंदी है। सो साध संगत जी वाहेगुरु जी का खालसा वाहेगुरु जी की फतेह। माधो हम ऐसे तू ऐसा माधो हम ऐसे माधो हम ऐसे माधो हम ऐसे तू ऐसा माधो हम ऐसे माधो हम ऐसे हम पापी तुम पाप खंडन नीको ठाकुर देसा हम पापी तुम पाप खंडन नीको ठाकुर देसा देसा माधो हम ऐसे तू ऐसा माधो हम ऐसे